ਮੈਂ ਹਾਂ ਤੁਹਾਡਾ ਦੋਸਤ ਤੇ ਹੋਸਟ ਗੁਰਮੀਤ ਨਿੱਜਰ। ਅੱਜ ਅਸੀਂ ਪਹੁੰਚ ਚੁੱਕੇ ਹਾਂ ਮਾਲਵੇ ਦੇ ਪਿੰਡ ਛਪਾਰ, ਜਿੱਥੇ ਹਰ ਸਾਲ ਗੁੱਗਾ ਜਹਰ ਪੀਰ ਦੀ ਜਗ੍ਹਾ ਤੇ ਮੇਲਾ ਲੱਗਦਾ ਹੈ ਤੇ ਹਜ਼ਾਰਾਂ ਦੀ ਤਾਦਾਦ ਚ ਲੋਕ ਹਰ ਸਾਲ ਇਸ ਜਗ੍ਹਾ ਤੇ ਜਿੱਥੇ ਸਜਦਾ ਕਰਨ ਆਉਂਦੇ ਨੇ ਉੱਥੇ ਆਪਣੇ ਮਨ ਦੀਆਂ ਮੁਰਾਦਾਂ ਵੀ ਮੰਗਦੇ ਨੇ। ਇਸ ਸਾਲ ਸੋਚ ਤੋਂ ਪਿੱਛੇ ਹਟ ਕੇ ਲਗਾਤਾਰ 22, 23 ਅਤੇ 24 ਤਰੀਕ ਨੂੰ ਪੈ ਰਹੇ ਮੀਂਹ ਨੇ ਲੋਕਾਂ ਦੀ ਆਸਥਾ ਨੂੰ ਤਾਂ ਬਰਕਰਾਰ ਰੱਖਿਆ, ਪਰ ਬੱਦਲਾਂ ਦੀ ਗਰਜ ਨੇ ਵੱਖ-ਵੱਖ ਪਾਰਟੀਆਂ ਵੱਲੋਂ ਕੀਤੀਆਂ ਜਾਣ ਵਾਲੀਆਂ ਰਾਜਸੀ ਕਾਨਫਰੰਸਾਂ, ਖਾਸ ਕਰਕੇ ਅਕਾਲੀ ਕਾਂਗਰਸੀਆਂ ਦਾ ਮੂੰਹ ਪੈਲਸਾਂ ਵੱਲ ਨੂੰ ਮੋੜ ਦਿੱਤਾ ਹੈ। ਆਓ ਵੇਖਦਿਆਂ ਇੱਕ ਝਲਕ ਮਾਲਵੇ ਦੇ ਪ੍ਰਸਿੱਧ ਮੇਲੇ ਛਪਾਰ ਦੀ ਤੇ ਲੋਕਾਂ ਵੱਲੋਂ ਦਿਖਾਈ ਜਾ ਰਹੀ ਆਸਥਾ ਦੀ। ਮੋਟਰ ਜਨਰੇਟਰ ਦੇ ਕਰਕੇ ਚਲਾਈ ਹੈ ਜੀ। ਹੈ ਛਪਾਰ ਮੇਲੇ ਤੇ ਆਈ ਸੰਗਤ ਨੂੰ ਬੇਨਤੀ ਹੈ ਕਿ ਆਪਣਾ ਕੀਮਤੀ ਸਮਾਨ ਸੰਭਾਲ ਕੇ ਰੱਖੋ। ਆਪਣੇ ਵਿਚਕਾਰ ਜੇਬ ਕਤਰੇ ਵੀ ਹੋ ਸਕਦੇ ਹਨ। ਕਿਸੇ ਵੀ ਓਪਰੇ ਆਦਮੀ ਤੋਂ ਕੋਈ ਵੀ ਚੀਜ਼ ਲੈ ਕੇ ਨਾ ਰੱਖ ਕਰੋ। ਆਪਣਾ ਹਰ ਤਰ੍ਹਾਂ ਦਾ ਕੀਮਤੀ ਸਮਾਨ ਜੇਬ Thank you.
ਲੁਧਿਆਣਾ ਤੋਂ ਗੁਰਮੀਤ ਨਿੱਜਰ ਦੀ ਰਿਪੋਰਟ, ਕੈਮਰਾਮੈਨ ਸਰਬਜੀਤ ਪਨੇਸਰ ਦੇ ਨਾਲ ਫੋਕਸ .ਪੰਜਾਬੀ, ਯੂਅਰ ਸਿਟੀ, ਯੂਅਰ ਨਿਊਜ਼।